ਜਲੰਧਰ ਦੇ ਗੁਰਾਇਆ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਇੱਕ ਪ੍ਰੇਮਿਕਾ ਵੱਲੋਂ ਆਪਣੇ ਨਵੇਂ ਪ੍ਰੇਮੀ ਨਾਲ ਮਿਲ ਕੇ ਆਪਣੇ ਪੁਰਾਣੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ। ਗੁਰਾਇਆ ਪੁਲਿਸ ਦੇ ਵੱਲੋਂ 19 ਦਿਨਾਂ ਬਾਅਦ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 8 ਨਵੰਬਰ ਨੂੰ ਦਿਲਬਾਗ ਕਲੋਨੀ ਵਿੱਚ ਰਹਿਣ ਵਾਲਾ ਹਰੀਸ਼ ਚੰਦਰ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋ ਜਾਂਦਾ ਹੈ, ਜਿਸ ਤੋਂ ਬਾਅਦ 15 ਨਵੰਬਰ ਨੂੰ ਖੇਤਾਂ ਵਿੱਚੋਂ ਉਸਦੀ ਲਾਸ਼ ਪਰਾਲੀ ਦੇ ਹੇਠਾਂ ਤੋਂ ਬੁਰੀ ਹਾਲਤ ਦੇ ਵਿੱਚ ਮਿਲਦੀ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਸੀ। ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡੇ ਖੁਲਾਸੇ ਨੇ ਜਿਹੜੇ ਉਹ ਕੀਤੇ ਗਏ ਨੇ। SHO ਨੇ ਦੱਸਿਆ ਕਿ ਹਰੀਸ਼ ਚੰਦਰ ਦੇ ਗਵਾਂਢ ਵਿੱਚ ਰਹਿਣ ਵਾਲੀ ਰੁਪਿੰਦਰ ਉਰਫ ਕਾਟੋ ਦੇ ਨਾਲ ਨਜਾਇਜ਼ ਸੰਬੰਧ ਕਾਫੀ ਲੰਮੇ ਸਮੇਂ ਤੋਂ ਚੱਲ ਰਹੇ ਸੀ, ਲੇਕਿਨ ਰੁਪਿੰਦਰ ਹੁਣ ਉਸ ਤੋਂ ਆਪਣਾ ਪਿੱਛਾ ਛੁਡਾਉਣਾ ਚਾਹੁੰਦੀ ਸੀ ਕਿਉਂਕਿ ਉਸਦੇ ਕਿਸੇ ਹੋਰ ਵਿਅਕਤੀ ਨਾਲ ਸੰਬੰਧ ਬਣ ਗਏ ਸੀ। ਲੇਕਿਨ ਹਰੀਸ਼ ਰੁਪਿੰਦਰ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਸਦੇ ਨਾਲ ਮਾਰਕੁੱਟ ਵੀ ਕਰਦਾ ਸੀ। ਇਸ ਤੋਂ ਇਲਾਵਾ ਉਸਨੇ ਉਸਦੇ ਉੱਤੇ ਤੇਜ਼ਾਬ ਵੀ ਸੁੱਟਿਆ ਸੀ, ਲੇਕਿਨ ਉਹ ਉਸ ਸਮੇਂ ਬਚ ਗਈ ਸੀ, ਜਿਸ ਤੋਂ ਬਾਅਦ ਰੁਪਿੰਦਰ ਨੇ ਆਪਣੇ ਨਵੇਂ ਆਸ਼ਕ ਸੰਚਿਤ ਕੁਮਾਰ ਨਾਲ ਮਿਲ ਕੇ ਆਪਣੇ ਪੁਰਾਣੇ ਪ੍ਰੇਮੀ ਦਾ ਕਤਲ ਕਰਨ ਦਾ ਪਲਾਨ ਬਣਾਇਆ ਅਤੇ 8 ਨਵੰਬਰ ਨੂੰ ਰੁਪਿੰਦਰ ਦੇ ਵੱਲੋਂ ਆਪਣੇ ਨਵੇਂ ਪ੍ਰੇਮੀ ਦੇ ਅਤੇ ਉਸਦੇ ਸਾਥੀਆਂ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਰੀਸ਼ ਨੂੰ ਖੇਤਾਂ ਦੇ ਵਿੱਚ ਕਤਲ ਕਰ ਦਿੱਤਾ ਗਿਆ, ਗਲਾ ਘੋਟ ਕੇ ਉਸਦੀ ਹੱਤਿਆ ਕੀਤੀ ਗਈ ਅਤੇ ਬਾਅਦ ਦੇ ਵਿੱਚ ਪਰਾਲੀ ਦੇ ਥੱਲੇ ਉਸਦੀ ਮ੍ਰਿਤਕ ਦੇਹ ਨੂੰ ਛੁਪਾ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਰੁਪਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਹਾਂਜੀ ਸਰ, ਦੱਸੋ ਕਿ ਜਿਹੜਾ 8 ਤਰੀਕ ਨੂੰ ਡੈੱਡ ਬੋਡੀ ਮਿਲੀ ਸੀਗੀ ਦਰਬਾਰ ਸਾਹਿਬ ਦੇ ਵਿੱਚ, ਕੀ ਕੁਛ ਉਹਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਜੀ? ਮਾਨਯੋਗ SSP ਸਾਹਿਬ ਭੁਖਿੰਦਰ ਸਿੰਘ ਭੁੱਲਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੋ ਥਾਣਾ ਗਰਾਇਆਂ ਦੇ ਵਿੱਚ ਮਿਤੀ 8/11/2023 ਨੂੰ ਹਰੀਸ਼ ਚੰਦ ਨਾਮ ਦਾ ਪ੍ਰਵਾਸੀ ਨੌਜਵਾਨ ਗੁੰਮ ਹੋ ਗਿਆ ਸੀ, ਜਿਸ ਦੀ ਅਸੀਂ ਗੁੰਮਸ਼ੁਦਗੀ ਰਿਪੋਰਟ ਮਿਤੀ 11/11/23 ਨੂੰ ਦਰਜ ਕੀਤੀ ਗਈ ਸੀ, ਜਿਸ ਦੀ ਤਲਾਸ਼ ਦੇ ਵਿੱਚ ਦੌਰਾਨ ਉਸ ਦੀ ਡੈੱਡ ਬੋਡੀ ਮਿਤੀ 15/11/23 ਨੂੰ ਦਿਲਬਾਗ ਕਲੋਨੀ ਪਰਾਲੀ ਦੇ ਵਿੱਚੋਂ ਮਿਲੀ ਸੀ, ਜੋ ਕਾਫੀ ਗੱਲ ਸੜ ਚੁੱਕੀ ਸੀ। ਔਰ ਇਸ ਦੀ ਅਸੀਂ ਜੋ ਸਾਇੰਟੀਫਿਕ ਤਰੀਕੇ ਨਾਲ ਜਦੋਂ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ, ਇਹਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਜੇ ਅੰਨੇ ਕਤਲ ਦੀ ਗੁੱਥੀ ਜਿਹੜੀ ਆ ਉਹ ਰੁਪਿੰਦਰ ਕੌਰ ਜੋ ਇਹਦੇ ਨੇੜੇ ਹੀ ਰਹਿਣ ਵਾਲੀ ਸੀ, ਇਹ ਦੂਰ ਦੀ ਰਿਸ਼ਤੇਦਾਰ ਵੀ ਸੀ, ਇਹਦੇ ਉਹਦੇ ਨਾਲ ਨਜਾਇਜ਼ ਸੰਬੰਧ ਬਣੇ ਹੋਏ ਸੀ ਕਾਫੀ ਸਾਲਾਂ ਦੇ, ਜੋ ਪਿਛਲੇ 6 ਮਹੀਨੇ ਪਹਿਲਾਂ ਹਰੀਸ਼ ਚੰਦ ਨੇ ਰੁਪਿੰਦਰ ਦੇ ਉੱਪਰ ਤੇਜ਼ਾਬ ਦਾ ਅਟੈਕ ਵੀ ਕੀਤਾ ਸੀ, ਪਰ ਇਹ ਬਚ ਗਈ ਸੀ ਕਿਉਂਕਿ ਹੁਣ ਜਿਹੜੀ ਰੁਪਿੰਦਰ ਉਹਨੂੰ ਆਪਣੇ ਨਜਾਇਜ਼ ਸੰਬੰਧ ਸਥਾਪਿਤ ਕਰਨ ਤੋਂ ਰੋਕਦੀ ਸੀ, ਪਰ ਉਹ ਇਸ ਤੋਂ ਪਿੱਛੇ ਨਹੀਂ ਸੀ ਹਟਦਾ ਕਿਉਂਕਿ ਰੁਪਿੰਦਰ ਦੀ ਹੁਣ ਜੋ ਸੰਜੀਤ ਵਾਸੀ ਅਮੇਠੀ ਦੇ ਨੌਜਵਾਨ ਦੇ ਨਾਲ ਜਿਹੜੀ ਇਹਦੀ ਦੋਸਤੀ ਹੋ ਗਈ ਸੀ, ਕਿਉਂਕਿ ਉਹ ਸੰਜੀਤ ਜੋ ਇਹਦੀ ਮਾਸੀ ਦੇ ਜੇਠ ਦਾ ਲੜਕਾ ਆ, ਉਸ ਨੂੰ ਇਹਨੇ ਬੁਲਾਇਆ ਮਿਤੀ 7/11 ਨੂੰ, ਇਹ ਉਹ ਆਪਣੇ ਸਾਥੀ ਲੈ ਕੇ ਆਇਆ ਨਾਲ, ਇੱਕ ਇਹਦੀ ਮਾਸੀ ਦਾ ਲੜਕਾ ਆ ਸਨੀ ਪਟੇਲ ਵਾਸੀ ਅੰਮ੍ਰਿਤਸਰ ਜੋ ਬੇਸਿਕਲੀ ਅਮੇਠੀ ਦੇ ਰਹਿਣ ਵਾਲੇ ਨੇ, ਅਤੇ ਇੱਕ ਉਹਨਾਂ ਦੀ ਭੂਆ ਦਾ ਲੜਕਾ ਵਿਨੋਦ ਕੁਮਾਰ ਜੋ ਅਮੇਠੀ ਦਾ ਰਹਿਣ ਵਾਲਾ ਆ, ਇੱਕ ਹੋਰ ਅਣਪਛਾਤਾ ਨੌਜਵਾਨ ਸੀ ਜਿਨ੍ਹਾਂ ਨੇ ਸਾਜ਼ਿਸ਼ ਕਰਕੇ ਮਿਤੀ 8 ਤਰੀਕ ਨੂੰ ਰੁਪਿੰਦਰ ਨੇ ਆਪਣੇ ਦੋਸਤ ਜੋ ਹਰੀਸ਼ ਚੰਦ ਆ ਉਹਨੂੰ ਇਸ਼ਾਰਾ ਮਾਰ ਕੇ ਖੇਤ ਦੇ ਵਿੱਚ ਲੈ ਗਈ, ਜਿੱਥੇ ਇਹਨਾਂ ਦੀ ਸਾਜ਼ਿਸ਼ ਤਹਿਤ ਇਹ ਪਹਿਲਾਂ ਹੀ ਉੱਥੇ ਤਿਆਰੀ ਕਰਕੇ ਖੜ੍ਹੇ ਸੀ, ਜੋ ਸੰਜੀਤ ਕੁਮਾਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਵਿਨੋਦ ਕੁਮਾਰ ਸਨੀ ਪਟੇਲ ਅਤੇ ਅਣਪਛਾਤੇ ਨੇ ਉਹਨੂੰ ਜੱਫਾ ਮਾਰ ਲਿਆ, ਬਾਹਾਂ ਤੋਂ ਕਾਬੂ ਕਰ ਲਿਆ ਅਤੇ ਸੰਜੀਤ ਨੇ ਉਹਦੇ ਗਲ ਦੇ ਵਿੱਚ ਕੱਪੜਾ ਪਾ ਕੇ ਉਹਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਫਿਰ ਇਹਨਾਂ ਉਹਦੀ ਜਿਹੜੀ ਲਾਸ਼ ਸੀ ਉਹ ਨੇੜੇ ਪਰਾਲੀ ਦੇ ਢੇਰ ਵਿੱਚ ਲਕਾਸ਼ ਪਾ ਕੇ ਰੱਖ ਦਿੱਤੀ, ਅਤੇ ਰੁਪਿੰਦਰ ਜਿਹੜੀ ਇਹ ਆਪਣੇ ਘਰ ਨੂੰ ਆ ਗਈ, ਉਹ ਆਪਣੇ ਆਪਣੇ ਟਿਕਾਣਿਆਂ 'ਤੇ ਚਲੇ ਗਏ, ਜਿਸ ਦੇ ਹੁਣ ਅਸੀਂ ਟੈਕਨੀਕਲ ਤਰੀਕੇ ਦੇ ਨਾਲ ਇਹ ਮਰਡਰ ਨੂੰ ਟਰੇਸ ਕੀਤਾ ਆ। ਔਰ ਇਹਨਾਂ ਦੇ ਅਸੀਂ ਅਮੇਠੀ
सुल्तानपुर यूपी दे विच रेड किए और अमृतसर का जो सन्नी पटेल रहने वाला आ उहदे घर भी होर भी उहदे टिकाणियां ते रेड जारी ने। जो रुपिंदर कौर नूं असीं गिरफ़्तार करके इहदा 5 दिन का पुलिस रिमांड मानयोग अदालत तों हासिल किया आ, जो असीं हुण भी छापेमारी चल रही आ। सानूं पूरी उम्मीद आ कि असीं ये जिहड़े भगौड़े दोषी ने इन्हां नूं छेती छेती काबू करके अगली इन्वेस्टिगेशन कंप्लीट की जाएगी। सर ये जिहड़े दोषी आए थे स्पैशल मर्डर लई आए थे या रहण वाले भी इत्थे किते आल वासी इत्थे दे जी? जो सन्नी पटेल दी मासी का लड़का आ वह पक्के तौर पर कोट खालसा अमृतसर का वसनीक आ, और इन्हां दे जिहड़े बाकी साथी ने संजीत कुमार विनोद ते इक होर अनुशाता वह अमेठी तो यूपी तो आए ने स्पैशल इहदा मर्डर करन वास्ते ही आए सी। हाँ जी वो चल रही है, रुपिंदर पुलिस रिमांड से आ, इनू होर टिकाणे का पता इनू नाल लैके असी छापेमारी कर रहे हैं और टैक्निकल तरीके नाल भी साड़ी जो फोकस चल रहा। नहीं उस इन्होंने दसिया रुपिंदर ने दसिया कि संजीत कुमार ने अपनी जेब विचों कढ के ते रुमाल उहदे गले विच पा के उहदे नाल ही उहनू हैंगिंग करके उहनू कतल किया है। वह डेड बॉडी के समेत ही मिलिया सी, आफ्टर पोस्टमार्टम वो असी अपना कब्जा पुलिस विच लिया।